a South Asian Canadian channel. ਪੰਜਾਬ ਕੈਬਨਿਟ ਦੇ ਵਿੱਚ ਅੱਜ ਅਹਿਮ ਫੈਸਲਾ ਲਿਆ ਗਿਆ ਜਿਸ ਵਿੱਚ 14,000 ਤੋਂ ਜ਼ਿਆਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਉਹ ਸਾਰੇ ਕੱਚੇ ਮੁਲਾਜ਼ਮ ਨੇ ਜੋ ਵੱਖ ਵੱਖ ਵਿਭਾਗਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਸਨ ਜਿਸ ਉੱਤੇ ਹੁਣ ਸਰਕਾਰ ਨੇ ਮੋਹਰ ਲਗਾ ਦਿੱਤੀ ਹੈ ਅਤੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਹੈ ਇਹਦੇ ਵਿੱਚ ਅੱਜ ਜਿਹੜਾ ਕੈਬਨਿਟ ਨੇ ਅਪਰੂਵ ਕੀਤਾ ਹੈ ਕਿ ਵੱਖ ਵੱਖ ਵਿਭਾਗਾਂ ਦੇ ਵਿੱਚ ਕੱਚੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਸਰਵਸੰਮਤੀ ਨਾਲ ਕੈਬਨਿਟ ਨੇ ਕੀਤਾ ਹੈ ਜਿਨ੍ਹਾਂ ਦੀ ਗਿਣਤੀ 14,417 ਬਣਦੀ ਹੈ ਜੀ ਇਸ ਤੋਂ ਪਹਿਲਾਂ 13,000 ਦੇ ਲਗਭਗ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਰੈਗੂਲਰ ਕਰ ਚੁੱਕੇ ਹਾਂ ਸੋ 14,417 ਵੱਖ ਵੱਖ ਵਿਭਾਗਾਂ ਦੇ ਨੇ ਅਤੇ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਜੀ ਇਸ ਤੋਂ ਇਲਾਵਾ ਕੈਬਨਿਟ ਦੇ ਵਿੱਚ ਕਿਉਂਕਿ ਅੱਗੇ ਹਾੜੀ ਦਾ ਸੀਜ਼ਨ ਆਉਣਾ ਕਣਕ ਦਾ ਸੀਜ਼ਨ ਆਉਣਾ ਤੋ ਫੂਡ ਗ੍ਰੇਨ ਪੋਲਿਸੀ ਜਿਹੜੀ ਹੈ ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਕਿ ਟਰਾਂਸਪੋਰਟੇਸ਼ਨ ਮੰਡੀ ਤੋਂ ਸ਼ੈਲਰਾਂ ਤੱਕ ਲੈ ਕੇ ਜਾਣ ਦਾ ਟਰਾਂਸਪੋਰਟ ਦੀ ਪੋਲਿਸੀ ਸਾਰੇ ਜਿੰਨੇ ਵੀ ਵਹੀਕਲ ਹੋਣਗੇ ਉਹਨਾਂ ਦੀ ਟਰੈਕਿੰਗ ਕਿ ਉਹ ਕਦੋਂ ਮੰਡੀ 'ਚੋਂ ਚੱਲੇ ਅਤੇ ਕਿੱਥੇ ਜਾ ਰਹੇ ਨੇ ਤਾਂ ਕਿ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨਾ ਆਉਣ ਕਿ ਮਾਲ ਬਾਹਰੋਂ ਆ ਰਿਹਾ ਜਾਂ ਕਿਤੋਂ ਹੋਰ ਆ ਰਿਹਾ ਅਤੇ ਲੇਬਰ ਨਾਲ ਸੰਬੰਧਿਤ ਫੈਸਲੇ ਲੈ ਗਏ ਨੇ ਅਸੀਂ FCI ਨੂੰ ਭੇਜਿਆ ਸੀਗਾ ਕਿ 25% ਇਨਕਰੀਜ਼ ਕਰੋ ਜਿਹੜੀ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਲੇਬਰ ਹੈ ਜਿਹੜੀ ਮੰਡੀ ਦੇ ਵਿੱਚ ਲੇਬਰ ਕੰਮ ਕਰਦੀ ਹੈ ਪਰ FCI ਸਿਰਫ 20% 'ਤੇ ਮੰਨੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ 25% ਜਿਹੜਾ ਹੋਣਾ ਚਾਹੀਦਾ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਤਾਂ 20% ਜਿਹੜਾ ਉਹ ਜ਼ਿਆਦਾ ਨਹੀਂ ਹੈਗਾ ਸੋ 5% ਦਾ ਜਿਹੜਾ ਵਿੱਚ ਗੈਪ ਹੈ ਉਹ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਜਿਹੜੀ ਹੈ ਉਹ ਉਹਨਾਂ ਦੇ ਖਾਤਿਆਂ 'ਚ ਪਾਊਗੀ ਜਿਹਦਾ ਕਿ 7-8 ਕਰੋੜ ਦੇ ਲਗਭਗ ਦਾ ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਅਸਰ ਪਊਗਾ ਮੈਂ ਬੋਝ ਨਹੀਂ ਕਹਿੰਦਾ ਅਸਰ ਪਊਗਾ ਬੋਝ ਤਾਂ ਹੋਵੇ ਨਾ ਜੇ ਅਸੀਂ ਮਤਲਬ ਗਲਤ ਜਗ੍ਹਾ 'ਤੇ ਦੇ ਰਹੇ ਹੋਈਏ ਮੈਂ ਬੋਝ ਲਫਜ਼ ਨਹੀਂ ਕਹਿਣਾ ਚਾਹੁੰਦਾ ਖਜ਼ਾਨੇ 'ਤੇ ਬੋਝ ਕੋਈ ਨਹੀਂ ਖਜ਼ਾਨਾ ਭਰਨ ਵਾਲੇ ਵੀ ਤਾਂ ਲੋਕ ਹੀ ਨੇ ਸੋ 7-8 ਕਰੋੜ ਦਾ ਅਸਰ ਜਿਹੜਾ ਖਜ਼ਾਨੇ 'ਚੋਂ ਜਾਊਗਾ ਪੈਸਾ ਲੋਕਾਂ ਕੋਲ ਸੋ 25% ਹੀ ਕਰ ਦਿਆਂਗੇ ਅਸੀਂ 20% FCI ਨੇ ਕਹਿਤਾ 5% ਉਹਨਾਂ ਨੇ ਕਹਿਤਾ ਇਸ ਤੋਂ ਇਲਾਵਾ ਵਾਟਰ ਟੂਰਿਜ਼ਮ ਪਾਣੀ ਨਾਲ ਸੰਬੰਧਿਤ ਕੋਈ ਪੋਲਿਸੀ ਹੈ ਨਹੀਂ ਸੀ ਹੁਣ ਤੱਕ ਜਦਕਿ ਸਾਡੇ ਕੋਲ ਭਾਖੜਾ ਨੰਗਲ ਤੋਂ ਲੈ ਕੇ ਗੋਬਿੰਦ ਸਾਗਰ ਝੀਲ ਤੋਂ ਲੈ ਕੇ ਰਣਜੀਤ ਸਾਗਰ ਡੈਮ ਤੋਂ ਲੈ ਕੇ ਕਿੰਨੀਆਂ ਹੀ ਸਾਡੇ ਕੋਲ ਨਹਿਰਾਂ ਦੇ ਜਿਹੜੇ ਫਰੰਟ ਨੇ ਬਹੁਤ ਜ਼ਿਆਦਾ ਸਕੋਪ ਹੈ ਵਾਟਰ ਟੂਰਿਜ਼ਮ 'ਚ ਉਹਦੀ ਪੋਲਿਸੀ ਬਣਾਈ ਹੈ ਅਤੇ 23 ਅਤੇ 24 ਤਰੀਕ ਨੂੰ ਜਿਹੜਾ ਸਾਡਾ ਇਨਵੈਸਟਮੈਂਟ ਸਬਮਿਟ ਹੈ ਉਹਦੇ ਵਿੱਚ ਬਹੁਤ ਸਾਰੇ ਟੂਰਿਜ਼ਮ ਨਾਲ ਰਿਲੇਟਡ ਬਿਜ਼ਨਸ ਟਾਈਕੋਨਸ ਆ ਰਹੇ ਨੇ ਵੱਡੇ ਜਿਹੜੇ ਚਾਹੇ ਉਹ ਹੋਟਲ ਵਾਲੇ ਨੇ ਚਾਹੇ ਉਹ ਅਮਿਊਜ਼ਮੈਂਟ ਪਾਰਕ ਵਾਲੇ ਨੇ ਸੋ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਇਹ ਪੋਲਿਸੀ ਅਪਰੂਵ ਕਰ ਦਿੱਤੀ ਹੈ ਅਤੇ ਨਾਲ ਐਡਵੈਂਚਰ ਸਪੋਰਟਸ ਦੇ ਵਿੱਚ ਵੀ ਪਾਣੀ ਨਾਲ ਸੰਬੰਧਿਤ ਜਿਹੜੀਆਂ ਐਡਵੈਂਚਰ ਸਪੋਰਟਸ ਨੇ ਜਿਹੜੀਆਂ ਉਹਨਾਂ ਨੂੰ ਵੀ ਪ੍ਰਮੋਟ ਕਰਾਂਗੇ ਅਤੇ ਸਪੈਸ਼ਲਿਸਟ ਜਿਹੜੇ ਨੇ ਫੈਡਰੇਸ਼ਨਸ ਜਿਹੜੀਆਂ ਉਹ ਐਡਵੈਂਚਰ ਸਪੋਰਟਸ ਕਰਾਉਂਦੀਆਂ ਨੇ ਅਸੀਂ ਉਹਨਾਂ ਨੂੰ ਹਾਇਰ ਕਰਾਂਗੇ ਕਿ ਸਾਡੇ ਵੀ ਅਫਸਰ ਜਿਹੜੇ ਇੱਥੇ ਜਿਹੜੇ ਅਧਿਕਾਰੀਗਣ ਅਤੇ ਸਾਡੇ ਜਿਹੜੇ ਇੰਪਲਾਈਜ਼ ਨੇ ਉਹ ਜਾਣ ਲੈਣ ਕਿ ਕਿਵੇਂ ਕੰਮ ਹੁੰਦਾ ਤਾਂ ਸਾਡਾ ਜਿਹੜਾ ਇਹ ਏਰੀਆ ਜਿਹੜਾ ਖਾਸ ਤੌਰ 'ਤੇ ਨੰਗਲ ਦਾ ਏਰੀਆ ਰੋਪੜ ਦਾ ਏਰੀਆ ਅਨੰਦਪੁਰ ਸਾਹਿਬ ਦਾ ਏਰੀਆ ਇਹ ਬਹੁਤ ਵੱਡਾ ਇੱਕ ਟੂਰਿਜ਼ਮ ਹੱਬ ਬਣ ਸਕਦਾ ਕਿਉਂਕਿ ਲੋਕ ਮਨਾਲੀ ਨੂੰ ਜਾਂਦੇ ਨੇ ਅੱਗੇ ਨੈਣਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਜਾਂਦੇ ਨੇ ਅੱਗੇ ਚਿੰਤਪੁਰਨੀ ਮਾਤਾ ਜੀ ਦੇ ਮੰਦਰ ਜਾਂਦੇ ਨੇ ਬਗਲਾ ਮੁਖੀ ਸਾਰੇ ਜਾਂਦੇ ਨੇ ਸੋ
रिलीजियस टूरिज्म के नाल नाल दूजी टूरिज्म भी ये हो जूगी ताकि कमेटी जिहड़ी है वो परवानगी दिती है पुरानी पेंशन स्कीम नू पंजाब च लागू करने हित स्टैंडर्ड ऑपरेटिंग जिहड़ा SOP है वो बनाउण लई वित्त विभाग की नोटिफिकेशन नंबर 2/1/2022 27/1/2023 राही गठित अधिकारियों की सब कमेटी ਅਤੇ ਇਸ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵਿਚਾਰਨ ਲਈ ਮੰਤਰੀ ਸਾਹਿਬਾਨ ਦੀ ਕੈਬਨਿਟ ਸਬ ਕਮੇਟੀ ਸੰਬੰਧੀ ਕਾਰਜ ਬਾਅਦ ਪ੍ਰਵਾਨਗੀ ਲੈਣ ਬਾਰੇ ਉਹ ਜਿਹੜਾ ਹੈ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਕਿ OPS ਦੇ ਵਿੱਚ ਓਲਡ ਪੈਨਸ਼ਨ ਸਕੀਮ ਦੇ ਵਿੱਚ ਕੈਬਨਿਟ ਦੀ ਪ੍ਰਵਾਨਗੀ ਹੋ ਗਈ ਤਾਂ ਅਸੀਂ ਉਹਦੇ ਅਗਲੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਕਰ ਸਕੀਏ ਇੱਕ ਗਰੀਬਾਂ ਲਈ ਅਫੋਰਡੇਬਲ ਹਾਊਸਿੰਗ ਇਹ ਪੋਲਿਸੀ ਅਸੀਂ ਲਿਆਂਦੀ ਹੈ ਕਿ ਜਿੱਥੇ ਝੁੱਗੀਆਂ ਝੋਪੜੀਆਂ ਨੇ ਜਾਂ ਕੱਚੇ ਘਰ ਨੇ ਅਸੀਂ ਉਹਨਾਂ ਨੂੰ ਪੱਕੇ ਘਰ ਦੇਵਾਂਗੇ ਚਾਹੇ ਉਹ ਸਾਨੂੰ ਜਗ੍ਹਾ ਕਿਤੇ ਹੋਰ ਲੈਣੀ ਪਵੇ ਇੱਕ ਟਾਵਰ ਬਣਾਉਣਾ ਪੈ ਜੇ ਉਹਦੀ ਪਰਟੀਕੁਲਰ ਇੱਕ ਏਰੀਆ ਕਿ ਇੰਨੇ ਏਰੀਏ 'ਚ ਹੀ ਬਣੂੰਗਾ ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਕੋਈ ਇਹੋ ਜਿਹਾ ਬੰਦਾ ਨਾ ਹੋਵੇ ਜਿਹਦੇ ਕੋਲ ਘਰ ਨਾ ਹੋਵੇ ਛੱਤ ਨਾ ਹੋਵੇ ਸਿਰ 'ਤੇ ਤਾਂ ਅਫੋਰਡੇਬਲ ਹਾਊਸ ਦੀ ਜਿਹੜੀ ਹਾਊਸਿੰਗ ਦੀ ਪੋਲਿਸੀ ਉਹ ਵੀ ਆਈ ਹੈ ਅਤੇ ਜਿਹਨੂੰ ਤੁਸੀਂ ਵੇਟ ਕਰ ਰਹੇ ਹੋ ਸਭ ਤੋਂ ਵੱਧ ਉਹ ਮੈਂ ਦੱਸ ਦਿੰਦਾ ਪੰਜਾਬ ਦਾ ਬਜਟ ਸੈਸ਼ਨ ਵਿਧਾਨ ਸਭਾ ਦਾ ਉਹ 3 ਮਾਰਚ ਨੂੰ ਸ਼ੁਰੂ ਹੋਊਗਾ 3 ਮਾਰਚ ਨੂੰ ਮਾਣਯੋਗ ਰਾਜਪਾਲ ਸਾਹਿਬ ਦਾ ਗਵਰਨਰ ਸਾਹਿਬ ਦਾ ਭਾਸ਼ਣ ਹੋਊਗਾ ਸਪੀਚ ਹੋਊਗੀ ਉਹਨਾਂ ਦੀ 6 ਮਾਰਚ ਨੂੰ ਉਸ ਭਾਸ਼ਣ 'ਤੇ ਜਿਹੜਾ ਡਿਬੇਟ ਹੋਊਗੀ ਅਤੇ ਵੋਟ ਆਫ ਥੈਂਕਸ ਵੀ ਹੋਜੂਗਾ 7 ਮਾਰਚ ਨੂੰ ਨੋਨ ਆਫੀਸ਼ਲ ਕੰਮਾਂ ਦਾ ਦਿਨ ਹੁੰਦਾ 8 ਮਾਰਚ ਨੂੰ ਹੋਲੀ ਹੈ ਗੈਜ਼ਟਡ ਛੁੱਟੀ ਹੈ 9 ਨੂੰ ਫਿਰ ਲੈਜਿਸਲੇਟਿਵ ਬਿਜ਼ਨਸ ਹੈ 10 ਮਾਰਚ ਨੂੰ ਪੰਜਾਬ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਫੁੱਲ ਬਜਟ ਜਿਹੜਾ ਹੈ 10 ਮਾਰਚ ਨੂੰ ਪੇਸ਼ ਕੀਤਾ ਜਾਊਗਾ ਜੀ ਪੰਜਾਬ ਸਰਕਾਰ ਦਾ ਪਹਿਲਾ ਫੁੱਲ ਬਜਟ 10 ਮਾਰਚ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾਊਗਾ ਅਤੇ 11 ਮਾਰਚ ਨੂੰ ਬਜਟ 'ਤੇ ਡਿਬੇਟ ਹੋਊਗੀ ਸਾਰੀਆਂ ਪਾਰਟੀਆਂ ਨੂੰ ਮੌਕਾ ਮਿਲੂਗਾ ਬੋਲਣ ਦਾ ਸੁਝਾਅ ਵੀ ਆਉਣਗੇ A South Asian Canadian channel.